ओम शांति 16 नवंबर 2021 की इक्की साकार मुरली बाबा ने किया मीठे बच्चे ज्ञानवान बनो तनवान बन जावांगे। जगदम्बा ज्ञान ज्ञानेश्वरी ज्यान ही राज राजेश्वरी बनती है बाबा ने की क्या कि मीठे बच्चे ज्ञानवान बनो तनवान भी बन जावांगे। जगदम्बा ज्ञान ज्ञानेश्वरी ही राज राजेश्वरी बंधी है प्रश्न है ब, बाप ਨੂੰ ਆਪਦੇ ਬੱਚਿਆਂ ਤੇ ਤਰਸ ਪੈਂਦਾ ਹੈ ਐਸ ਲਈ શ્રેષ્ઠ ਤਕਦੀਰ ਬਣਾਉਣ ਦੇ ਲਈ ਕਿਹੜੀ ਸ਼੍ਰੀਮਤ ਦਿੰਦਿਨੇ ਬਾਪਾ ਨੂੰ ਆਪਦੇ ਬੱਚਿਆਂ ਤੇ ਤਰਸ ਪੈਂਦਾ ਹੈ ਐਸ ਲਈ શ્રેષ્ઠ ਤਕਦੀਰ ਬਣਾਉਣ ਦੇ ਲਈ ਕਿਹੜੀ ਸ਼੍ਰੀਮਤ ਦਿੰਦਿਨੇ ਉੱਤਰ ਹੈ ਮਿੱਠੇ ਬੱਚੇ ਸਿਰ ਉੱਤੇ ਜੋ ਪਾਪਾਂ ਦਾ ਬੋਝਾ ਹੈ ਉਹਨੂੰ ਮੌਤ ਤੋਂ ਪਹਿਲਾਂ ਯਾਦ ਦੀ ਯਾਤਰਾ ਵਿੱਚ ਰੱਖ ਕੇ ਉਤਾਰ ਦਿਓ ਕੋਈ ਵੀ ਵਿਕਰਮ ਨਹੀਂ ਕਰੋ ਬਾਪ ਤਾਂ ਆਇਆ ਹੀ ਹੈ ਤੁਹਾਨੂੰ ਜਮ ਘਟਾਂ ਦੀ ਫਾਂਸੀ ਤੋਂ छुड़ाਣ ਵਾਸਤੇ ਐਸ ਲਈ ਹੁਣ ਇਹੋ ਜਿਹਾ ਕੋਈ ਕਰਮ ਨਹੀਂ ਕਰਨਾ ਗੀਤ ਹੈ ਰਾਤ ਦੇ ਰਾਹੀ ਥਕਮਤ ਜਾਣਾ ਸੁਬਾ ਦੀ ਮੰਜ਼ਿਲ ਦੂਰ ਨਹੀਂ ਓਮ ਸ਼ਾਂਤੀ ਮਿੱਠੇ ਮਿੱਠੇ ਰੋਹਾਨੀ ਬੱਚਿਆਂ ਨੇ ਇਸ ਗੀਤ ਦਾ ਅਰਥ ਸਮਝਿਆ ਬਾਪ ਆਏ ਨੇ ਭਗਤੀ ਰੂਪੀ ਰਾਤ ਦਾ ਵਿਨਾਸ਼ ਕਰ ਦਿਨ ਸਥਾਪਨ ਕਰਨ ਕਿਉਂਕਿ ਬਾਪ ਨੂੰ ਬੁਲਾਉਂਦੇ ਹੀ ਨੇ ਕਿ हे पतित पावन ਆਓ ਸਮਝ ਦੇ ਨੇ ਕੋਈ ਸਮਿਆ ਅਸੀਂ ਪਾਵਨ ਸੀ ਹੁਣ ਪਤਿਤ ਬਣੇ ਹਾਂ ਚੀਜ਼ ਉਹੀ ਮੰਗੀ ਜਾਂਦੀ ਹੈ ਜੋ ਪਹਿਲੇ ਸੀ ਹੁਣ ਨਹੀਂ ਹੈ ਤੁਸੀਂ ਬੱਚੇ ਜਾਣਦੇ ਹੋ ਕਿ ਪਵਿੱਤਰ ਦੇਵੀ ਦੇਵਤਿਆਂ ਦੀ ਰਾਜਧਾਨੀ ਸੀ ਗਿਆਨ ਗਾਨੇਸ਼ਵਰੀ ਹੀ ਫਿਰ ਰਾਜ ਰਾਜੇਸ਼ਵਰੀ ਬਣਦੇ ਹਨ ਜਿਵੇਂ ਜਗਦੰਬਾ ਲక్ష్ਮੀ ਅਲੱਗ-ਅਲੱਗ ਹੈ ਲక్ష్ਮੀ ਨੂੰ ਕਦੇ ਜਗਦੰਬਾ ਨਹੀਂ ਕਵਾਂਗੇ ਲక్ష్ਮੀ ਨੂੰ ਉਹਦੇ ਬੱਚੇ ਹੀ ਮਾਤੇਸ਼ਵਰੀ ਕਹਿਣਗੇ ਇੱਥੇ ਤਾਂ ਜਗਦੰਬਾ ਨੂੰ ਸਭ ਭਾਰਤ ਵਾਸੀ ਜੋ ਵੀ ਰਿਲੀਜੀਅਸ ਮਾਈਂਡਡ ਨੇ ਸਭ ਮਾਂ ਕਹਿੰਦੇ ਨੇ ਦੇਵੀ ਦੇਵਤਾਵਾਂ ਦੇ ਮੰਦਿਰ ਵਿੱਚ ਜਾ ਕੇ ਉਹਨਾਂ ਦੀ ਭਗਤੀ ਕਰਦੇ ਨੇ ਹੁਣ ਤੁਹਾਨੂੰ ਪਤਾ ਲੱਗਿਆ ਹੈ ਕਿ ਅਸੀਂ ਤਾਂ ਬਹੁਤ ਭਗਤੀ ਕੀਤੀ ਨੇ ਦਾਨ ਪੁੰਨਾਂ ਦੇ ਜਿੰਨਾ ਤੁਸੀਂ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਹੋਏਗਾ ਤੁਸੀਂ ਸਭ ਤੋਂ ਜ਼ਿਆਦਾ ਜ਼ਿਆਸਤੀ ਪਗਤੀ ਕੀਤੀ ਹੈ ਹੁਣ ਤੁਹਾਡਾ ਯਾਦਗਾਰ ਜਿੰਦੇ ਜੀ ਦੇਖਿਆ ਹੈ ਆਦੀ ਦੇਵ ਤੇ ਆਦੀ ਦੇਵੀ ਜਿਹਨੂੰ ਜਗਦੰਬਾ ਕਿਹਾ ਜਾਂਦਾ ਨੇ ਹੁਣ ਤੁਸੀਂ ਜਾਣਦੇ ਹੋ ਕਿ ਜਗਤੰਬਾ ਤਨਵਾਨ ਬੰਦੀ ਹੈ ਤੁਸੀਂ ਉਹਦੇ ਬੱਚੇ ਹੋ ਨਾ ਹੁਣ ਤੁਸੀਂ ਪੜ ਰਹੇ ਹੋ ਤਾਂ ਉਹ ਹੈ ਗੋਡਜ਼ ਆਫ ਨੌਲੇਜ ਉਸ ਨੌਲੇਜ ਨਾਲ ਕਦੇ ਰਾਜਾ ਰਾਣੀ ਨਹੀਂ ਬੰਦੇ ਮਾਨਾ ਦੁਨੀਆ ਦੀ ਜਿਹੜੀ ਨੌਲੇਜ ਹੈ ਉਹਦੇ ਨਾਲ 바ਵਾ ਕਹਿੰਦੇ ਤੁਸੀਂ ਕਦੇ ਵੀ ਰਾਜਾ ਰਾਣੀ ਨਹੀਂ ਬੰਦੇ ਤੁਸੀਂ ਜਾਣਦੇ ਹੋ ਕਿ ਅਸੀਂ ਆਤਮਾਵਾ ਸ਼ਿਵ 바ਵਾ ਦੇ ਬੱਚੇ ਹਾਂ ਤਾਂ ਇਹ ਹੈ ਪ੍ਰਜਾ ਪਿਤਾ ਬ੍ਰਹਮਾ ਤਾਂ ਸ਼ਿਵ 바ਵਾ ਇਹਨਾਂ ਦੇ ਦੁਆਰਾ ਨਵੀਂ ਦੁਨੀਆ ਦੀ ਸਥਾਪਨਾ ਕਰਦੇ ਨੇ ਗਾਇਆ ਵੀ ਹੋਇਆ ਨੇ ਕਿ ਬ੍ਰਹਮਾ ਦੁਆਰਾ ਸਥਾਪਨਾ ਤਾਂ ਇਹ ਅੱਛੀ ਰੀਤੀ ਸਮਝ ਕੇ ਤਾਰਨ ਕਰਨਾ ਹੈ ਕਹਿੰਦੇ ਹੈ ਨਾ ਸ਼ੇਰਨੀ ਦੇ ਲਈ 바ਵਾ ਕਹਿੰਦੇ ਹੈ ਸ਼ੇਰਨੀ ਦੇ ਦੁੱਧ ਦੇ ਲਈ ਸੋਨੇ ਦਾ ਬਰਤਨ ਚਾਹੀਦਾ ਨੇ ਤਾਂ ਇਹ ਗਿਆਨ ਵੀ ਹੈ ਸਰਵ ਸ਼ਕਤੀਵਾਨ ਪਰਮ ਪਿਤਾ ਪਰਮਾਤਮਾ ਦਾ ਉਹਦੇ ਲਈ ਵੀ ਬੁੱਧੀ ਰੂਪੀ ਬਰਤਨ ਸੋਨੇ ਦਾ ਚਾਹੀਦਾ ਹੈ ਨਈ ਦੁਨੀਆ ਵਿੱਚ ਆਤਮਾ ਤੇ ਸ਼ਰੀਰ ਦੋਨੋਂ ਸੋਨੇ ਦੇ ਬੰਦੇ ਨੇ ਹੁਣ ਤੁਹਾਡੀ ਆਤਮਾ ਪੱਥਰ ਦਾ ਬਰਤਨ ਹੈ ਤਾਂ ਸਰੀਰ ਵੀ ਇਹੋ ਜਿਹਾ ਹੀ ਮਿਲਿਆ ਹੈ ਭਾਰਤ ਵਿੱਚ ਹੀ ਸ਼ਾਂਤ ਤੇ ਸੁੰਦਰ ਪਤਿਤ ਤੇ ਪਾਵਨ ਕਿਹਾ ਜਾਂਦਾ ਨੇ ਦੂਸਰਾ ਕੋਈ ਖੰਡ ਇਸ ਤਰ੍ਹਾਂ ਨਹੀਂ ਕਹਿੰਦਾ ਕਿ हे ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਆਓ ਕਹਿੰਦੇ ਨੇ ਦੁੱਖਤ ਛੁਡਾਏ ਸ਼ਾਂਤੀ ਵਿੱਚ ਲੈ ਜਾਓ ਵਿਵੇਕ ਵੀ ਕਹਿੰਦਾ ਨੇ ਕਿ ਅਸੀਂ ਭਾਰਤ ਵਾਸੀ ਪਾਵਨ ਸੀ ਐਨਾ ਲక్ష్ਮੀ ਨਾਰਾਇਣ ਦਾ ਰਾਜ ਹੈ ਸੀ ਭਲ ਕਿੰਨੇ ਵੀ ਵੱਡੇ ਆਦਮੀ ਨੇ ਉਹ ਵੀ ਗੁਰੂਆਂ ਦੇ ਪਾਉ ਵਿੱਚ ਪੈਂਦੇ ਨੇ ਕਿਉਂਕਿ ਗੁਰੂ ਨੇ ਸੰन्यास धारण ਕੀਤਾ ਹੋਇਆ ਹੈ ਪੰਜ ਵਿਕਾਰਾਂ ਨੂੰ ਛੱਡਿਆ ਹੈ ਤਾਂ ਵਿਕਾਰੀ ਨਿਰਵਿਕਾਰੀਆਂ ਦਿਆਂ ਮਾਨ ਕਰਦੇ ਨੇ ਪਵਿੱਤਰਤਾ ਦਾ ਹੀ ਮਾਨ ਹੈ ਦੁਆਪਰ ਵਿੱਚ ਰਾਜਾ ਰਾਣੀ ਤੇ ਵਜ਼ੀਰ ਹੁੰਦੇ ਨੇ ਸਤਿਯੁਗ ਵਿੱਚ ਰਾਜਾ ਰਾਣੀ ਨੂੰ ਵਜ਼ੀਰ ਹੁੰਦੇ ਨੇ ਜਦੋਂ ਪਤੀ ਤ ਰਾਜਾ ਰਾਣੀ ਹੁੰਦੇ ਹੈ ਤਾਂ ਇੱਕ ਵਜੀਰ ਰੱਖਦੇ ਨੇ ਹੁਣ ਤਾਂ ਬਹੁਤ ਪਤੀਤ ਹੋ ਗਏ ਨੇ ਤਾਂ ਸੈਂਕੜੇ ਵਜੀਰ ਰੱਖਦੇ ਨੇ ਬਾਵਾ ਕਹਿੰਦੇ ਜਦੋਂ ਜ਼ਿਆਦਾ ਪਤੀਤ ਹੋ ਜਾਂਦੇ ਹੈ ਤਾਂ ਜ਼ਿਆਦਾ ਵਜੀਰ ਰੱਖਦੇ ਨੇ ਤਾਂ ਇਹ ਵੀ ਡਰਾਮਾ ਦੀ ਭਾਵੀ ਨਹੀਂ ਬਾਵਾ ਦੱਸਦੇ ਨੇ ਦੇਖੋ ਕਹੋ ਜੇ ਡਰਾਮਾ ਦੀ ਭਾਵੀ ਬਣੀ ਹੋਈ ਹੈ ਤਾਂ ਪਹਿਲੇ ਜ਼ਰੂਰ ਭਾਰਤ ਹੀ ਸੀ ਫਿਰ ਦੂਸਰੇ ਧਰਮ ਵਾਲੇ ਆਏ ਬਾਪ ਸਮਝਾਉਂਦੇ ਨੇ ਇਸ ਸਮੇਂ ਤੁਸੀਂ ਹੋ ਗਿਆਨ ਗਿਆਨੇਸ਼ਵਰੀ ਜਗਤ ਅੰਬਾ ਹੈ ਬ੍ਰਹਮਾ ਦੀ ਬੇਟੀ ਗods of knowledge ਜਗਤ ਅੰਬਾ ਗਿਆਨਵਾਨ ਹੈ ਜੋ ਦੂਜੇ ਜਨਮ ਵਿੱਚ ਧਨ ਲక్ష్ਮੀ ਬਣਦੀ ਨੇ ਉਹਨਾਂ ਨੂੰ ਹੁਣ ਬਾਪ ਗਿਆਨ ਸਿਖਲਾ ਰਹੇ ਨੇ ਤੁਸੀਂ ਜਾਣਦੇ ਹੋ ਕਿ ਅਸੀਂ ਉੱਥੇ ਧਨਵਾਨ ਬਣਾਂਗੇ ਦੁਨੀਆ ਵਿੱਚ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਲక్ష్ਮੀ ਨਾਰਾਇਣ ਤਨਵਾਨ ਕਿਵੇਂ ਬਣੇ ਲక్ష్ਮੀ ਨਾਰਾਇਣ ਉਹੀ ਬ੍ਰਹਮਾ ਸਰਸਵਤੀ ਨੇ ਬ੍ਰਹਮਾ ਜਗਤ ਪਿਤਾ ਹੈ ਤਾਂ ਜ਼ਰੂਰ ਬ੍ਰਾਹਮਣ ਬ੍ਰਾਹਮਣੀਆਂ ਵੀ ਬਹੁਤ ਹੋਣਗੇ ਤੁਸੀਂ ਕਿੰਨੇ ਬ੍ਰਾਹਮਣ ਬ੍ਰਾਹਮਣੀਆਂ ਹੋ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਗਿਆਨ ਨਾਲ ਭਵਿੱਖ ਵਿੱਚ ਇਹੋ ਜਿਹਾ ਤਨਵਾਨ ਬਣਾਂਗੇ ਇੱਕਦਮ ਗੋਡਜ਼ ਆਫ ਵੈਲਥ ਸਭ ਤੋਂ adhik wealth ਕਿਹਦੇ ਕੋਲ ਹੋ ਬਾਬਾ ਕਹਿੰਦੇ ਕਿਸਦੇ ਕੋਲ ਹੋ ਨਹੀਂ ਸਕਦੀ ਐਸੇ ਲਈ ਗਾਇਆ ਹੋਇਆ ਨੇ ਨੌਲੇਜ ਇਜ਼ ਸੋਰਸ ਆਫ ਇਨਕਮ ਜੱਜ ਬ੍ਰਸ਼ਟ ਰਾਧੀ ਨੌਲੇਜ ਨਾਲ ਹੀ ਬੰਦੇ ਨੇ ਨਾ ਤਾਂ ਇਹ ਵੀ ਇਨਕਮ ਹੋਈ ਕੋਈ ਕੋਈ ਡਾਕਟਰ ਨੂੰ ਇੱਕ ਇੱਕ ਕੇਸ ਦਾ ਲੱਖ ਰੁਪਈਆ ਮਿਲਦਾ ਨੇ ਕੋਈ ਰਾਜਾ ਰਾਣੀ ਤੇ ਪ੍ਰਿੰਸ ਬਿਮਾਰ ਹੋਇਆ ਡਾਕਟਰ ਨੇ ਬਿਮਾਰੀ ਨਾਲ छुड़ाया ਤਾਂ ਖੁਸ਼ੀ ਵਿੱਚ ਆ ਕੇ ਵੱਡਾ ਵੱਡਾ ਮਕਾਨ ਬਣਾਉਣ ਦੇ ਲਈ ਪੈਸਾ ਦਿੰਦੇ ਹਾਂ ਤਾਂ ਕਿੰਨੀ ਇਨਕਮ ਹੋਈ ਤਾਂ ਪੜ੍ਹਾਈ ਨਾਲ ਹੀ ਪੱਦ ਪਾਉਂਦੇ ਹਾਂ ਤਾਂ ਇਹ ਤੁਹਾਡੀ ਪੜ੍ਹਾਈ ਵੀ ਹੈ ਤੇ ਤੰਦਾ ਵੀ ਹੈ ਤੁਸੀਂ ਮਿੱਠੇ ਬੱਚੇ ਹੁਣ ਸੋਦਾ ਕਰਨ ਆਏ ਹੋ ਕੱਖ ਪੰਨ ਦੇ ਲੱਖ ਕਮਾਣੇ ਹੋ ਤਾਂ ਬਾਪ ਅਵినాਸ਼ੀ ਸਰਜਨ ਵੀ ਹੈ ਸਦਾਵ ਹੈਲਦੀ ਬਨਨ ਦੇ ਲਈ 바ਵਾ ਯੋਗ ਸਿਖਾਉਂਦੇ ਨੇ 바ਵਾ ਕਹਿੰਦੇ ਨੇ ਕਿ ਮੈਂ ਗਰੰਟੀ ਕਰਦਾ ਹਾਂ ਤੁਸੀਂ ਐਵਰ ਹੈਲਦੀ 21 ਜਨਮਾਂ ਦੇ ਲਈ ਬਨੋਗੇ ਤਾਂ ਇਹੋ ਜੇ ਸਰਜਨ ਦੀ ਦਵਾਈ ਅਰਥਾਤ ਸ਼੍ਰੀ ਮਤ ਕਿਉਂ ਨਹੀਂ ਲੈਣੀ ਚਾਹੀਦੀ ਬਾਪ ਦੀ ਮਤ ਬਾਪ ਦੀ ਮਤ ਮੰਨੋ ਮੈਨੂੰ ਯਾਦ ਕਰੋ ਕਹਿੰਦੇ ਆ ਨਾ ਸਿਮਰ ਸਿਮਰ ਸੁਖ ਪਾਉ ਕਲੇ ਕਲੇਸ਼ ਮਿਟੇ ਸਭ ਤੰਦੇ ਭਗਤੀ ਮਾਰਗ ਵਿੱਚ ਕੋਈ ਕਲੇ ਕਲੇਸ਼ ਮਿਟਦਾ ਨਹੀਂ ਬਹੁਤ ਸੰਿਆਸੀ ਲੋਗ ਵੀ ਬਿਮਾਰੀ ਵਿੱਚ ਅਰਧੰਗ ਵਿੱਚ ਪਏ ਰਹਿੰਦੇ ਨੇ ਜਿਵੇਂ ਕਿ پاگل ਹੋ ਜਾਂਦੇ ਨੇ ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਦੀ ਸ਼੍ਰੀਮਤ ਤੇ ਚੱਲਾਂਗੇ ਤਾਂ ਐਵਰ ਹੈਲਦੀ ਬਣਾਂਗੇ ਉੱਥੇ ਆਯੂਵੀ ਐਵਰੇਜ 125 150 ਵਰਸ਼ ਰਹਿੰਦੀ ਹੈ ਇਸ ਤਰ੍ਹਾਂ ਨਹੀਂ ਕਿ ਦੁਆਪਰ ਵਿੱਚ ਇੱਕਦਮ 35 ਵਰਸ਼ ਹੋ ਜਾਂਦੀ ਹੈ ਨਹੀਂ ਪਹਿਲੇ ਪਹਿਲੇ ਤਾਂ 100 125 ਹੋਏਗੀ ਫਿਰ 70 80 ਹੋਏਗੀ ਹੁਣ ਤਾਂ ਦੇਖੋ 35 40 ਤੱਕ ਹੀ ਆ ਕੇ ਪੁੰਚੀ ਨੇ ਛੋਟੇ ਛੋਟੇ ਹੀ ਮਰ ਪੈਂਦੇ ਨੇ ਕਿਉਂਕਿ ਭੋਗੀ ਨਹੀਂ ਤੁਸੀਂ ਜਾਣਦੇ ਹੋ ਹੁਣ ਭੋਗੀ ਤੋਂ ਯੋਗੀ ਬਣ ਰਹੇ ਹਾਂ ਤਾਂ 바ਵਾ ਕਹਿੰਦੇ ਉੱਥੇ ਆਯੂ ਵੀ ਇੰਨੀ ਵੱਡੀ ਹੋਏਗੀ ਜੋ ਕਦੇ ਅਕਾਲੇ ਮ੍ਰਿਤੂ ਨਹੀਂ ਹੁੰਦੀ ਤਾਂ ਬਾਪ ਸਮ੍ਰਿਤੀ ਦਿਲਾਉਂਦੇ ਨੇ ਕਿ ਤੁਹਾਨੂੰ ਕਿੰਨਾ ਰਾਜੇ ਭਾਗੇ ਦਿੱਤਾ ਸੀਗਾ ਹੁਣ ਰਾਵਣ ਨੇ ਲੁੱਟ ਲਿਆ ਉੱਥੇ ਇਹ ਮੰਦਿਰਾਂ ਦੀ ਹੁੰਦੇ ਹੀ ਨਹੀਂ ਤੁਹਾਡਾ ਤਾਂ ਸਲੋਗਨ ਨੇ ਭਾਰਤ ਦਾ ਆਦੀ ਸਨਾਤਨ ਦੇਵੀ ਦੇਵਤਾ ਧਰਮ ਜਿੰਦਾਬਾਦ ਬਾਕੀ ਸਭ ਮੁਰਦਾਬਾਦ ਅਰਥਾਤ ਅਨੇਕ ਤਰਮ ਵਿਨਾਸ਼ ਉੱਥੇ ਸਿਰਫ ਇੱਕ ਹੀ ਭਾਰਤ ਖੰਡ ਸੀ ਇੱਕ ਖੰਡ ਵਿੱਚ ਮਨੁਸ਼ੀਏ ਵੀ ਜ਼ਰੂਰ ਥੋੜੇ ਹੋਣਗੇ ਤੁਸੀਂ ਲਿਖ ਵੀ ਸਕਦੇ ਹੋ ਥੋੜੇ ਸਮੇਂ ਵਿੱਚ ਭਾਰਤ ਦੀ ਆਬਾਦੀ 9 ਲੱਖ ਹੋਏਗੀ ਤਾਂ ਸਭ ਖਤਮ ਹੋ ਜਾਣਗੇ ਇੱਕ ਤਰਮ ਦੀ ਸਥਾਪਨਾ ਹੁਣ ਹੋ ਰਹੀ ਹੈ ਨਿਊ ਡਿਟੀ ਰਾਜੇ ਵਿੱਚ ਇੱਕ ਹੀ ਭਾਸ਼ਾ ਇੱਕ ਹੀ ਰਸਮ ਰਿਵਾਜ ਹੁੰਦੀ ਹੈ ਉੱਥੇ ਹਰ ਇੱਕ ਦੀ ਰਸਮ ਆਪਦੀ ਉੱਥੇ ਵਨ ਰਾਜ ਹੈ ਵਨ ਬਾਬਾ ਕਹਿੰਦੇ ਵਨ ਰਾਜ ਵੰਤਰਮ ਹੁੰਦਾ ਹੈ ਤੁਸੀਂ ਇਹੋ ਜੇ ਇਹੋ ਜੇ ਸਲੋਗਨ ਅਖਬਾਰਾਂ ਵਿੱਚ ਵੀ ਪਾ ਸਕਦੇ ਹੋ ਬਾਬਾ ਤੋਂ رائے ਲੈਂਦੇ ਹਨ ਕਿ ਪੈਸਾ ਖਰਚ ਕਰ ਅਖਬਾਰਾਂ ਵਿੱਚ ਵੀ ਪਾਈਏ ਬਾਬਾ ਕਹਿੰਗੇ ਭਲੇ ਪਾਓ ਮਨੁष्य ਨੂੰ ਮਾਲੂਮ ਤਾਂ ਪਵੇ ਕੀ ਕੀ ਹੋ ਰਿਹਾ ਹੈ ਕਹਿੰਦੇ ਵੀ ਨੇ ਕਿ ਕ੍ਰਾਈਸਟ ਤੋਂ 3000 ਵਰ੍ਹੇ ਪਹਿਲਾਂ ਸਵਰਗ ਸੀ ਵਨ ਰਿਲੀਜਨ ਵਨ ਧਰਮ ਸੀ ਸੂर्यवंशी ਦੇਵੀ ਦੇਵਤਿਆਂ ਦਾ ਰਾਜ ਸੀ ਇਸ ਮਹਾਭਾਰਤ ਲੜਾਈ ਤੋਂ ਬਾਅਦ ਸਵਰਗ ਦੇ ਗੇਟ ਖੁੱਲਦੇ ਨੇ ਅਖਬਾਰਾਂ ਵਿੱਚ ਪਾਓ ਨਾਮ ਬੀਕੇ ਦਾ ਪਰੰਤੂ ਬੀਕੇ ਵੀ ਤਾਈਓ ਦੱਸ ਸਕਦੇ ਨੇ ਜਦੋਂ ਪਵਿੱਤਰ ਰਹਿਣ ਬਾਬਾ ਨੂੰ ਬੁਲਾਇਆ ਨੇ ਕਿ ਬਾਬਾ ਆਏ ਹੈ ਤਾਂ ਹੁਣ ਬਾਪ ਨਾਲ ਪ੍ਰਤੀਗਿਆ ਕਰੋ ਭਗਤੀ ਮਾਰਗ ਵਿੱਚ ਤਾਂ ਕਿੰਨੇ ਤੱਕੇ ਖਾਦੇ ਯੱਗ ਤੱਪ ਦਾਨ ਕਿੰਨਾ ਦੀ ਕੀਤਾ ਪਹਿਲੇ ਤਾਂ ਇੱਕ Shiv ਦੀ ਭਗਤੀ ਕਰਦੇ ਸੀ ਤੇ ਹੁਣ ਦੇਵਤਾਵਾਂ ਦੀ ਹੁਣ ਤਾਂ ਭਵਚਾਰੀ ਬਣ ਗਏ ਨੇ ਹੁਣ ਬਾਪ ਤੁਹਾਨੂੰ ਸਭ ਦੁੱਖਾਂ ਤੋਂ छुੜਾਨ ਆਇਆ ਹੈ ਤਾਂ ਬਾਪ ਤੁਹਾਨੂੰ ਬੱਚਿਆਂ ਨੂੰ ਨੌਲੇਜ ਕਿੰਨਾ ਉੱਚ ਮਨੁष्य ਤੋਂ ਦੇਵਤਾ ਬਣਾਉਂਦੇ ਨੇ ਸਤਿਯੁਗ ਵਿੱਚ ਤੁਹਾਡੇ ਕੋਲ ਸਭ ਕੁਝ ਸੋਨੇ ਦਾ ਹੋਏਗਾ ਤਾਂ ਬਾਪ ਤੁਹਾਨੂੰ ਸ਼੍ਰੀਮਤ ਦੇ ਸਵਰਗ ਦਾ ਮਾਲਿਕ ਬਣਾਉਂਦੇ ਨੇ ਫਿਰ ਤੁਸੀਂ ਸ਼੍ਰੀਮਤ ਤੇ ਕਿਉਂ ਨਹੀਂ ਚੱਲਦੇ ਹੋ ਬਾਪ ਤਾਂ ਜਮ ਘਟਾਂ ਦੀ ਫਾਂਸੀ ਤੋਂ छुड़ाਉਂਦਾ ਨੇ ਗਰਭ ਜੇਲ੍ਹ ਦੀ ਸਜ਼ਾਵਾਂ ਤੋਂ छुड़ाਉਂਦਾ ਨੇ ਤੁਸੀਂ ਸਵਰਗ ਵਿੱਚ ਗਰਭ ਮਹਿਲ ਵਿੱਚ ਰਹਿੰਦੇ ਹੋ ਇੱਥੇ ਹੈ ਜੇਲ੍ਹ ਕਿਉਂਕਿ ਮਨੁष्य পাপ ਕਰਮ ਕਰਦੇ ਨੇ ਉੱਥੇ ਤਾਂ ਪੰਜ ਵਿਕਾਰ ਹੁੰਦੇ ਹੀ ਨਹੀਂ ਫਿਰ ਵੀ ਰਾਜਾ ਰਾਣੀ ਪ੍ਰਜਾ ਦੇ ਮਰਤਵੇ ਵਿੱਚ ਫਰਕ ਤਾਂ ਹੁੰਦਾ ਹੈ ਨਾ ਪੈਸਾ ਕਮਾਉਣ ਦੇ ਲਈ ਮਨੁੱਖੇ ਕਿੰਨੀ ਮਿਹਨਤ ਕਰਦੇ ਨੇ ਉੱਥੇ ਤਾਂ ਵਜ਼ੀਰ ਹੀ ਨਹੀਂ ਕਿਉਂਕਿ ਤੁਸੀਂ ਇੱਥੋਂ ਦੀ ਪ੍ਰਲਬਧ ਪਾਣੇ ਹੋ ਤਾਂ ਹੁਣ ਬਾਪ ਕਹਿੰਦੇ ਆ ਬੱਚੇ ਸ਼੍ਰੀਮਤ ਤੇ ਚੱਲੋ ਮੈਂ ਦੂਰ ਦੇਸ਼ ਤੋਂ ਆਇਆ ਹਾਂ ਪਤਿਤ ਸਰੀਰ ਵਿੱਚ ਪਤਿਤ ਰਾਜੇ ਵਿੱਚ ਤਾਂ ਇਹ ਹੈ 라ਵਣ ਦਾ ਦੇਸ਼ ਤੁਹਾਨੂੰ ਬੱਚਿਆਂ ਨੂੰ ਆਕੇ ਵਰਸਾ ਦਿੰਦਾ ਹਾਂ ਤਾਂ ਇਹੋ ਜੇ ਬਾਪ ਦੀ ਆਗਿਆ ਨਾ ਮੰਨਣਾ ਉਹ ਤਾਂ ਕਪੂਤ ਠਹਿਰਿਆ ਵਿਕਾਰਾਂ ਦੇ ਪਿੱਛੇ ਇੰਨਾ ਥੋੜਾ ਹੀ ਹੈਰਾਨ ਹੋਣਾ ਚਾਹੀਦਾ ਨਹੀਂ ਬਾਬਾ ਕਹਿੰਦੇ ਨੇ ਇਹ ਵਿਕਾਰ ਤਾਂ ਦੁੱਖ ਦੇਣ ਵਾਲੇ ਨੇ ਪਤੀ ਤਾਂ ਨੂੰ ਪਾਵਨ ਬਣਾਣਾ ਇਹ ਤਾਂ ਮੇਰਾ ਹੀ ਕੰਮ ਨੇ ਕਿੰਨਾ ਪਿਆਰ ਨਾਲ ਸਮਝਾਉਂਦੇ ਨੇ ਖਾਓ ਪਿਓ ਸੁਖੀ ਰਹੋ ਯਾਦ ਰੱਖੋ ਇਹ ਯਾਦ ਰੱਖੋ ਕਿ ਅਸੀਂ ਸ਼ਿਵ 바ਵਾ ਦੇ ਕੋਲ ਆਏ ਹਾਂ ਉਹ ਸਾਡੀ ਪਾਲਣਾ ਕਰਦੇ ਨੇ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਤੇ ਨਮਸਤੇ ਸ਼ੁਕਰੀਆ 바ਵਾ ਸ਼ੁਕਰੀਆ ਤਾਰਨਾ ਦੇ ਲਈ ਮੁੱਖਿਆ ਸਾਰ ਹੈ ਪਹਿਲਾ ਇਹੋ ਜੀ ਅਵਸਥਾ ਬਣਾਨੀ ਹੈ ਜੋ ਅੰਤ ਕਾਲ ਵਿੱਚ ਇੱਕ ਬਾਪ ਦੀ ਯਾਦ ਆਵੇ ਦੂਸਰਾ ਕੋਈ ਯਾਦ ਨਾ ਆਵੇ ਬੁੱਧੀ ਵਿੱਚ ਰਹੇ ਕਿ ਇਹ ਸਭ વિનાਸ਼ ਹੋਣ ਵਾਲਾ ਹੈ ਦੂਸਰਾ ਆਪ ਦੇ ਆਪ ਨੂੰ ਕਰੈਕਟ ਕਰਨਾ ਹੈ ਇਸ ਅੰਤਿਮ ਜਨਮ ਵਿੱਚ ਪਵਿੱਤਰ ਜ਼ਰੂਰ ਬੰਨਣਾ ਹੈ ਡਰ ਰੱਖਣਾ ਹੈ ਕਿ ਸਾਡੇ ਤੋਂ ਕੋਈ ਪਾਪ ਕਰਮ ना हो जाए वरदान है नंबर वन बिजनेसमैन बन एक सैकंड संकल्प कमाई जमा करन वाले पदमा पदम पति भव नंबर वन बिजनेसमैन बन एक एक सैकंड संकल्प कमाई जमा करन वाले पदम पति भव नंबर वन बिजनेसमैन ਉਹੀ ਨੇ ਜੋ ਸਵੈਮ ਨੂੰ ਬਿਜੀ ਰੱਖਣ ਦਾ ਤਰੀਕਾ ਜਾਣਦਾ ਨਹੀਂ बिजनेসম্যান ਅਰਥਾਤ ਜੀ ਦਾ ਇੱਕ ਸੰਕਲਪ ਵੀ ਵਿਅਰਥ ਨਾ ਜਾਏ ਹਰ ਸੰਕਲਪ ਵਿੱਚ ਕਮਾਈ ਹੋਵੇ ਜਿਵੇਂ ਉਹ बिजनेসম্যান ਇੱਕ ਇੱਕ ਪੈਸੇ ਨੂੰ ਕਾਰਿਆ ਵਿੱਚ ਲਗਾ ਕੇ ਪਦਮ ਗੁਣਾ ਬਣਾ ਦਿੰਦੇ ਨੇ ਐਸੀ ਤਰ੍ਹਾਂ ਤੁਸੀਂ ਵੀ ਇੱਕ ਇੱਕ ਸੈਕਿੰਡ ਤੇ ਸੰਕਲਪ ਕਮਾਈ ਕਰਕੇ ਦਿਖਾਓ ਤਾਂ ਪਦਮ ਪਤੀ ਬਣਾਂਗੇ ਇਸ ਵਿੱਚ ਬੁੱਧੀ ਦਾ ਪਟਕਾ ਨਾ ਬੰਦ ਹੋ ਜਾਏਗਾ ਤੇ ਵਿਅਰਥ ਸੰਕਲਪਾਂ ਦੀ ਕੰਪਲੇਨ ਵੀ ਸਮਾਪਤ ਹੋ ਜਾਏਗੀ ਸਲੋਗਨ ਹੈ ਜੋ ਮੰਗਦਾ ਹੈ ਉਹ ਖੁਸ਼ੀ ਦੇ ਖਜ਼ਾਨੇ ਨਾਲ ਸੰਪਨ ਨਹੀਂ ਹੋ ਸਕਦਾ 바ਵਾ ਕਹਿੰਦੇ ਵੀ ਜੋ ਮੰਗਦਾ ਹੈ ਦੂਜਿਆਂ ਤੋਂ ਉਹ ਕਦੇ ਵੀ ਖੁਸ਼ੀ ਦੇ ਖਜ਼ਾਨੇ ਨਾਲ ਸੰਪਨ ਨਹੀਂ ਹੋ ਸਕਦਾ ਅੱਛਾ ਓਮ ਸ਼ਾਂਤੀ